ਜੋ ਪੇਮੈਂਟ ਕੀਤੀ ਗਈ ਹੈ ਉਹ ਘੱਟ ਗਈ। ਕਹਿਣ ਦਾ ਭਾਵ ਹੈ ਕਿ ਕੱਟ ਜਿਹੜਾ ਲੱਗਾ ਉਹਦੇ ਕਰਕੇ ਪੇਮੈਂਟ ਜਿਹੜੀ ਹੈ ਕੱਚੀ ਪੱਕੀ ਹਾਲਤ ਕੋਈ ਵੀ ਗਿਆ ਸੀ ਉਸ ਤੋਂ ਘੱਟ ਗਈ। ਇਹਦੇ ਬਾਰੇ ਡੀਸੀ ਸਾਹਿਬ ਵੱਲੋਂ ਐਂਡ ਜਿਹਦੇ ਤਹਿਤ ਇੱਕ ਸਬ ਡਿਵੀਜ਼ਨ ਪੱਧਰ 'ਤੇ ਉਪ ਮੰਡਲ ਪੱਧਰ ਦੇ ਉੱਤੇ SDM ਦੇ ਤਹਿਤ ਇੱਕ ਕਮੇਟੀ ਦਾ ਗਠਨ ਕੀਤਾ। ਉਸ ਕਮੇਟੀ ਦੇ 2 ਮੈਂਬਰ ਹੋਰ ਨੇ। ਜਿਹੜੀ ਖਰੀਦ ਏਜੰਸੀ ਤਾਂ ਉਹ ਆਲਟੀ ਹੈ ਉਸ ਮੰਡੀ ਦੇ ਵਿੱਚ ਉਹਦਾ ਜ਼ਿਲ੍ਹਾ ਮੈਨੇਜਰ ਅਤੇ ਨਾਲ ਜਿਹੜੀ ਮੰਡੀ ਹੈ ਉਹਦਾ ਸਕੱਤਰ ਮਾਰਕੀਟ ਕਮੇਟੀ ਇਹ 2 ਮੈਂਬਰ। ਤੁਸੀਂ ਮੇਰਾ ਵੀਰ ਕੱਲ੍ਹ 14 ਤਰੀਕ ਤੱਕ ਨਾ ਆਪਣੀਆਂ ਜੋ ਵੀ ਅਰਜ਼ੀਆਂ ਨੇ ਤੁਸੀਂ ਸੰਬੰਧਿਤ SDM ਨੂੰ ਜਿਹੜਾ ਹੈ ਦਫ਼ਤਰ ਦੇ ਵਿੱਚ ਜ਼ਰੂਰ ਦੇ ਦਿਓ। ਇਹਦੇ ਨਾਲ ਤੁਹਾਨੂੰ 2 ਚੀਜ਼ਾਂ ਦੀ ਬੋਲ ਹੋਵੇਗੀ। ਇੱਕ ਜਿਹੜੀ ਕੱਚੀ ਪਰਚੀ ਹੈ ਉਹਦੀ ਫੋਟੋ ਕਾਪੀ ਆਪ ਸਾਈਨ ਕਰਕੇ, ਠੀਕ ਹੈ, ਨਾਲ ਜਿਹੜੀ ਬੈਂਕ ਦੀ ਸਟੇਟਮੈਂਟ ਜਾਂ ਕੋਈ ਪੱਕੀ ਪਰਚੀ ਹੈਗੀ ਹੈ ਉਹਦੀ ਫੋਟੋ ਕਾਪੀ ਨਾਲ ਸਾਈਨ ਕਰਕੇ SDM ਕੋਲ ਕੱਲ੍ਹ ਤੱਕ ਪਰਚੀ ਆਏਗੀ ਜਿਹੜੀ ਉਹਨਾਂ ਦੀ ਦਰਖਾਸਤ ਆਏਗੀ ਜ਼ਿੰਮੇਵਾਰ ਕੋਲੋਂ ਅਗਲੇ 7 ਦਿਨਾਂ ਦੇ ਵਿਚਕਾਰ 21 ਤਰੀਕ ਤੱਕ ਉਹਦੇ 'ਤੇ ਯੋਗ ਫੈਸਲਾ ਅਤੇ ਕਾਰਵਾਈ ਕੀਤੀ ਹੈ। ਕਹਿਣ ਦਾ ਭਾਵ ਹੈ ਕਿ ਜੇ ਕੋਈ ਕਮੀ ਜੇ ਠੀਕ ਪਾਇਆ ਗਿਆ ਕਾਰਵਾਈ ਕਰਕੇ ਜੋ ਬੰਦੀ ਹੈ ਜਿਹੜਾ ਬੰਦਾ ਫਰਕ ਹੈ ਉਹ ਕੀਤਾ ਜਾਏਗਾ। ਇਹ ਔਰ ਵੀ ਬੜਾ ਕਲੀਅਰ ਮੈਂ ਪਹਿਲਾਂ ਤਾਂ ਮਾਨਵ ਕਿਉਂਕਿ ਅਸੀਂ ਮੰਨਦੇ ਹਾਂ ਜੇਕਰ ਅਸੀਂ ਕਿਤੇ ਜਲੰਧਰ ਹੋਈਏ ਫਗਵਾੜੇ ਹੋਈਏ ਕਪੂਰਥਲੇ ਹੋਈਏ ਤਾਂ ਜੇ ਚਾਬਾ ਸਾਹਿਬ ਤਾਂ ਅਸੀਂ ਕਹਿੰਦੇ ਸਾਡੇ ਅਫਸਰ ਹੈ ਪਰ ਜਦੋਂ ਇਹ ਨਹੀਂ ਆਏ ਫਿਰ ਸਾਡਾ ਗੁੱਸਾ ਨਹੀਂ ਬਿਲਕੁਲ ਜਾਇਜ਼। ਔਰ ਦੂਸਰੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਵੀ ਕਮੇਟੀ ਤਾਂ ਚਾਬਾ ਸਾਹਿਬ ਬਣ ਗਈ ਪਰ ਉਸ ਕਮੇਟੀ ਦੇ ਵਿੱਚ ਤੁਹਾਨੂੰ ਚਾਹੀਦਾ ਇਹ ਸੀ ਵੀ 1-2 ਕਿਸਾਨ ਚਾਹੇ 1-1 ਜਥੇਬੰਦੀਆਂ ਸਾਰੀਆਂ ਤੋਂ ਲੈ ਲੈਂਦੇ ਬੇਸ਼ੱਕ ਨਾਲ ਤਾਂ ਕਿ ਉਹ ਪਾਰਦਰਸ਼ੀ ਕੰਮ ਹੋ ਸਕੇ। ਹੁੰਦਾ ਕੀ ਹੈ ਵੀ ਮੇਰੇ ਕੋਲ ਸਵੇਰੇ ਫਗਲਾਣੇ ਤੋਂ ਆੜਤੀ ਇਕੱਠੇ ਹੋ ਕੇ ਆਏ ਉਹਨਾਂ ਨੇ ਕਿਹਾ ਵੀ ਦੇਖੋ ਜੀ ਇੰਸਪੈਕਟਰ ਮਾਰਕੀਟ ਕਮੇਟੀ ਦੇ ਵਿੱਚ ਬੈਠ ਕੇ ਕਿਸਾਨਾਂ ਨੇ ਨਾਲ ਬੈਠ ਕੇ ਇਹ ਮੰਨ ਲਿਆ ਸੀ ਵੀ ਜੇ ਸਰਕਾਰ ਨਹੀਂ ਚੁਕਾਉਂਦੀ ਤਾਂ ਸਾਡਾ ਕੱਟ ਲੱਗ ਜੇ। ਕਿਸਾਨ ਦੀ ਤਾਂ ਮਜਬੂਰੀ ਸੀ ਝੋਨਾ ਵੀ ਸੀ ਚੱਕ ਹੋ ਰਿਹਾ ਪਰ ਮਾਰਕੀਟ ਕਮੇਟੀ ਦਾ ਅਫਸਰ ਜੇ ਕੱਟ ਲਵਾ ਰਿਹਾ ਇਹਦਾ ਮਤਲਬ ਮਿਲੀ ਭੁਗਤ ਹੈ ਸਰਕਾਰ ਨੂੰ। ਸੋ ਇਸ ਕਰਕੇ ਸਾਡੀ ਬੇਨਤੀ ਹੈ ਵੀ ਉਹਦੇ ਵਿੱਚ ਕਿਸਾਨ ਆਗੂਆਂ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਉਹਦੇ ਨਾਲ ਸ਼ਾਮਿਲ ਕਰੋ ਕਮੇਟੀ ਦੇ ਤਾਂ ਕਿ ਇਹ ਪਾਰਦਰਸ਼ਤਾ ਨਾਲ ਕੰਮ ਹੋ ਸਕੇ। ਮੈਂ ਇੱਕ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਕਿ ਕਮੇਟੀ ਜਿਹੜੀ ਹੈ ਉਹਦਾ ਚੇਅਰਮੈਨ SDM ਹੈ, ਠੀਕ ਹੈ, ਐਂਡ SDM ਜਿਹੜਾ ਹੈ ਬੜਾ ਜ਼ਿੰਮੇਵਾਰ ਅਫਸਰ ਹੈ ਐਂਡ ਸਪਸ਼ਟ ਕੱਲ੍ਹ ਜਿਹੜੀਆਂ ਲਿਖਤੀਆਂ ਹਦਾਇਤਾਂ ਦੇ ਨਾਲ ਨਾਲ ਜ਼ਬਾਨੀ ਤੌਰ 'ਤੇ ਮੇਰੇ ਕੋਲ ਸਾਰਿਆਂ ਨਾਲ ਮੇਰੀ ਗੱਲ ਹੋਈ ਹੈ ਸਾਂਝੇ ਤੌਰ 'ਤੇ ਐਂਡ ਸਾਰਿਆਂ ਨੂੰ ਮੈਂ ਸਪਸ਼ਟ ਕਰਦਾ ਕਿ ਜ਼ਿਮੀਦਾਰ ਜਿਹੜਾ ਹੈ ਉਹਨੂੰ ਵਿੱਚ ਇੰਕਲੂਡ ਕਰਕੇ ਫਿਰ ਵੈਰੀਫਿਕੇਸ਼ਨ ਕਰਨੀ ਹੈ। ਇਹ ਤੁਸੀਂ ਬਿਲਕੁਲ ਨਾ ਸੋਚੋ ਕਿ ਪੱਟੀ ਕੋਈ ਹੋਰ ਬਣਾਏਗਾ ਅਤੇ ਫੈਸਲਾ ਜਿਹੜਾ ਹੈ ਹੋ ਜਾਏਗਾ, ਬਿਲਕੁਲ ਨਹੀਂ ਹੋਏਗਾ। SDM ਜਿਹੜਾ ਹੈ ਪੂਰੀ ਪੂਰੀ ਇਨਵੈਸਟੀਗੇਸ਼ਨ ਪੜਤਾਲ ਕਰਨ ਉਪਰੰਤ ਫੈਸਲਾ ਕਰੇਗਾ। ਇੰਨਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੇ ਤੁਹਾਡਾ ਰੋਸ ਸਹੀ ਪਾਇਆ ਗਿਆ ਉਹਦੇ 'ਤੇ ਕਾਰਵਾਈ ਹੋਏਗੀ ਐਂਡ ਆਲਰੇਡੀ ਇਹਦੇ 'ਤੇ ਆਪਾਂ ਲਿਖਤੀ ਤੌਰ 'ਤੇ ਹੁਕਮ ਜਾਰੀ ਕਰ ਦਿੱਤਾ, ਠੀਕ ਠੀਕ ਹੈ। ਤੁਸੀਂ ਕਿਰਪਾ ਕਰਕੇ ਕੱਲ੍ਹ 14 ਤਰੀਕ ਤੱਕ ਸੰਬੰਧਿਤ SDM ਜਿਹੜੇ ਨੇ ਉਹਨਾਂ ਨੂੰ ਆਪਣੀ ਦਰਖਾਸਤ ਦੇ ਦਿਓ। ਮੈਂ ਇੱਕ ਵਾਰੀ ਮੁੜ ਰਿਪੀਟ ਕਰਦਾ, ਕੱਚੀ ਪਰਚੀ ਦੀ ਫੋਟੋ ਕਾਪੀ ਸਾਈਨ ਕਰਕੇ
ਉਹਦੇ ਨਾਲ ਪੱਕੀ ਪਰਚੀ ਜਾਂ ਬੈਂਕ ਸਟੇਟਮੈਂਟ ਦੀ ਕਾਪੀ ਸਾਈਨ ਕਰਕੇ ਕਿਤੋਂ ਆਪਣੇ ਸਾਈਨ ਕਰ ਦਿਓ ਉਹਦੇ ਉੱਤੇ ਅਤੇ ਨਾਲ ਆਪਣੀ ਦਰਖਾਸਤ। ਇਹ ਤਿੰਨ ਚੀਜ਼ਾਂ ਚਾਹੀਦੀਆਂ, ਦਰਖਾਸਤ, ਕੱਚੀ ਪਰਚੀ ਅਤੇ ਪੱਕੀ ਪਰਚੀ ਜਾਂ ਬੈਂਕ ਸਟੇਟਮੈਂਟ। ਬੈਂਕਾਂ 'ਚੋਂ ਸਟੇਟਮੈਂਟ ਮਿਲਣੀ ਕੋਈ ਨਹੀਂ ਗੀ, ਉਹਦਾ ਸਾਨੂੰ ਦੱਸੋ। ਅਜੇ ਤਾਂ ਝੋਨਾ ਆ ਰਿਹਾ ਜੀ, ਉਹ ਸਾਰਾ ਹੀ ਜਾਊਗਾ, ਉਹ ਤਾਂ ਜਿੰਨੇ ਤਾਂ ਮੈਂ ਸਾਰਿਆਂ ਦੇ ਨਾਲ ਮੈਂ ਪ੍ਰਮੋਟ ਕਰ ਰਿਹਾ, ਤੁਸੀਂ ਚੰਗੀ ਤਰ੍ਹਾਂ ਮੈਨੂੰ ਵੀ ਜਾਣਦੇ ਹੋ, ਮੈਂ ਤੁਹਾਨੂੰ ਜਾਣਦਾ, ਐਂਡ ਤੁਸੀਂ ਮੇਰੇ ਨਾਲ ਜੋ ਤੁਹਾਡਾ ਸਾਰਾ ਐਕਸਪੀਰੀਅੰਸ ਲਿਆ, ਹੁਣ ਤੁਹਾਨੂੰ ਫਰਕ ਨਹੀਂ ਤੁਸੀਂ ਹੋਏਗਾ, ਬਿਲਕੁਲ ਜਿੱਦਾਂ ਪਹਿਲਾਂ ਅਸੀਂ ਹੋਵੇ ਸੀਗਾ, ਬਿਲਕੁਲ ਸਹੀ ਢੰਗ ਨਾਲ ਹੀ ਆਪਾਂ ਕੰਮ ਕਰਾਂਗੇ, ਐਂਡ ਜੋ ਜਿਹੜੀਆਂ ਤੁਹਾਡੀਆਂ ਸ਼ਿਕਾਇਤਾਂ ਨੇ ਉਹਦਾ ਹੱਲ ਕਰਨਾ ਸਾਡੀ ਸਮਾਜੀ ਜ਼ਿੰਮੇਵਾਰੀ ਹੈ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਾਂਗੇ ਨਾ ਕਿਤੇ ਭੱਜਿਆ। ਠੀਕ ਹੈ, ਮੰਗ ਪੱਤਰ ਜੀ, ਹੈਲੋ ਜੀ, ਛੋਟੋ ਕਰ ਦੇਣਾ ਸਰ। ਹਾਂਜੀ ਸਰ।